ਸਤਿ ਸ੍ਰੀ ਅਕਾਲ ਜੀ, ਸਵਾਗਤ ਆਪਦਾ ਆਪਣੇ ਅੱਜ ਦੇ ਮੀਟ ਦੇ ਵਿੱਚ। ਪਿਆਰੇ ਵੀਰੋ, ਅੱਜ ਦੀ ਮੀਟ ਦੇ ਵਿੱਚ ਆਪਾਂ ਤੁਹਾਨੂੰ ਨਾਮਧਾਰੀ ਦੇ ਫਾਰਮ ਦੇ ਵੱਡੇ ਵੱਡੇ ਟਰੈਕਟਰ ਤੇ ਆਪਾਂ ਨੇ ਤੁਹਾਨੂੰ ਸੁਪਰ ਸੀਡਰ ਵੱਡੇ ਵੱਡੇ ਚੱਲਦੇ ਦਿਖਾਉਣੇ ਨੇ। ਅੱਜ ਤੁਸੀਂ ਟਰੈਕਟਰ ਦੇਖ ਸਕਦੇ ਹੋ ਬਈ, ਜਿਹੜਾ ਟਰੈਕਟਰ ਆ ਇਹ ਹੈਗਾ ਫਾਰਮ ਟਰੈਕ ਦਾ 6075 ਐਚ ਪੀ ਦਾ, ਤੇ ਹੁਣ ਤੁਸੀਂ 979 ਟਰੈਕਟਰ ਆ ਉਹਦੇ ਪਿੱਛੇ ਸੁਪਰ ਸੀਡਰ ਚੈੱਕ ਕਰੋ ਵੀ ਘੱਟੋ ਘੱਟ 10 ਫਿਟ ਦਾ ਸੁਪਰ ਸੀਡਰ ਆ। ਪਰ ਆਹ ਚੱਲਣਾ ਵੀ ਹੁਣ ਇਹ ਆਪਾਂ ਤੁਹਾਨੂੰ ਉੱਧਰ ਵੀ ਜਾ ਕੇ ਆਪਾਂ ਦਿਖਾਉਂਦੇ ਹਾਂ। ਇਹ ਆ ਰਹੀ 6065, ਇਹਦੇ ਪਿੱਛੇ ਹੈਗਾ 9 ਫੁੱਟ ਦਾ, ਇਹਨਾਂ ਦੇ ਪਿੱਛੇ ਹੈਗਾ 10-10 ਫੁੱਟ ਦੇ। ਉਰੇ ਸਾਡੇ ਲਵੇ ਇਹ ਨਾਮਧਾਰੀ ਫਾਰਮ ਆ, 3 ਰਾਣੇ ਨੇ ਇਹ ਜਿਹਨਾਂ ਕੋਲ ਮੇਰੇ ਹਿਸਾਬ ਨਾਲ ਵੀ ਲਗਭਗ 35-40 ਟਰੈਕਟਰ ਨੇ। ਸਾਰੇ ਹੀ ਵੱਡੇ ਟਰੈਕਟਰ ਨੇ, ਜਿਵੇਂ 979 ਆ। ਹੁਣ 979 ਵਾਕਈ ਸਵਰਾਜ ਨੇ ਕਿ ਜਿਹੜੀ ਚੀਜ਼ ਕਹਿੰਦੇ ਇਹਦਾ ਤਾਂ ਇਹਦਾ ਕੋਈ ਮੁਕਾਬਲਾ ਨਹੀਂ ਹੈਗਾ। ਸੁਪਰ ਸੀਡਰ ਚੈੱਕ ਕਰਾ ਕਰਦੀ ਵੀ ਕਿੱਡਾ ਚਪੜਾ ਸੁਪਰ ਸੀਡਰ, ਪਿੱਛੇ 10 ਫੁੱਟ ਦਾ ਸੁਪਰ ਸੀਡਰ ਇਸ ਵਕਤ ਦੇ ਪਿੱਛੇ ਚੱਲ ਰਿਹਾ। ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ਸੁਪਰ ਸੀਡਰ ਆ। ਆ ਗਈ 6065, ਉੱਧਰ 6075 ਉਹ ਚੱਲ ਰਿਹਾ। ਸਾਰੇ ਹੋਰ ਵੀ ਟਰੈਕਟਰ ਨੇ, ਵੱਡੀ ਹਾਈ ਐਚ ਪੀ ਕੈਟਾਗਰੀ ਦੇ ਟਰੈਕਟਰ ਨੇ ਸਾਰੇ ਹੀ। ਉਰੇ ਇਹ ਸਾਡੇ ਨਾਮਧਾਰੀ ਫਾਰਮ ਜਿਹੜੇ 200-250 ਕਿੱਲੇ ਦੀ 300-300 ਏਕੜ ਦੀ ਖੇਤੀ ਕਰਦੇ ਨੇ, ਜਿਹਦੇ ਵਾਸਤੇ ਇਹ ਐਡੇ ਵੱਡੇ ਸੁਪਰ ਸੀਡਰ ਵਰਤਦੇ ਨੇ। ਆਪਾਂ ਗੱਲ ਕਰਵਾ ਦਿੰਦੇ ਹਾਂ ਤੁਹਾਡੀ, ਔਰ ਕਿਆ ਹਾਲ ਹੈ ਵੀਰ? ਕਿਆ ਹਾਲ ਹੈ? ਕਿਆ ਨਾਮ ਹੈ ਆਪਕਾ? ਮੇਰਾ ਨਾਮ ਸੁਨੀਲ ਕੁਮਾਰ ਚੌਧਰੀ। ਸੁਨੀਲ ਕੁਮਾਰ, ਹਾਂਜੀ। ਕਿੰਨੇ ਫੁੱਟ ਦਾ ਕੋਈ ਫੁੱਟ ਦਾ ਇੱਥੇ ਪਿੱਛੇ? ਕੋਈ 9 ਫੁੱਟ ਦਾ ਜੀ। ਹੈ? 9 ਫੁੱਟ? 9 ਫੁੱਟ ਦਾ ਉੱਤੇ ਪਿੱਛੇ? ਕੋਈ 10 ਫੁੱਟ ਹੈ? 10 ਫੁੱਟ, ਹਾਂਜੀ। ਕਿੰਨਾ ਡੀਜ਼ਲ ਲੈ ਲੈਂਦਾ ਹੈ ਟਰੈਕਟਰ? 6-7 ਕਿੱਲਾ ਬੀਤਾ ਜੀ। ਹੈ? ਡੀਜ਼ਲ ਕਿੰਨਾ ਖਾਤਾ ਹੈ 1 ਏਕੜ ਨੇ? 1 ਏਕੜ ਦਾ ਪੂਰਾ ਹਿਸਾਬ ਹੈ ਜੀ, ਕਿ ਜੈਸੇ ਕਿ 6-7 ਕਿੱਲਾ ਖਾ ਵੀ ਜਾਤਾ ਹੈ। ਵੈਸੇ ਲੋਡ ਲੂਡ ਕਿਤਨਾ ਲੈਂਦਾ ਹੈ ਸੁਪਰ ਸੀਡਰ? ਲੋਡ ਇੰਨਾ ਲੈਂਦਾ ਨਹੀਂ ਜੀ। ਲੋਡ ਨਹੀਂ ਲੈਂਦਾ ਹੈ? ਠੀਕ ਹੈ, ਠੀਕ ਹੈ। ਚਲੋ ਠੀਕ ਹੈ, ਧੰਨਵਾਦ ਆਪਕਾ। ਹਾਂਜੀ ਵੀਰੋ, ਬਾਕੀ ਜਿਹੜਾ ਟਰੈਕਟਰ ਦਾ ਡਰਾਈਵਰ ਆ ਇਹਦੇ ਨਾਲ ਆਪਣੇ ਗੱਲ ਕਰੀ ਜਾ, ਪਰ ਉਸ ਟਰੈਕਟਰ ਦੇ ਸਾਡੇ ਵੀ ਕਿੱਡਾ ਟਰੈਕਟਰ ਆ, 6075 ਹੋਰ ਵੀ ਦਿਨ ਮੂਹਰੇ ਵੇਟ ਲੱਗੇ ਹੋਏ ਨੇ। ਇਹਨਾਂ ਦੇ ਟੈਂਕੀਆਂ ਲੱਗੀਆਂ ਹੋਈਆਂ ਨੇ ਦੋਹਾਂ ਪਾਸੇ, ਤੇਲ ਵਾਲੀਆਂ ਮੋਟਰਾਂ ਲੱਗੀਆਂ ਨੇ, ਫਿਰ ਉੱਪਰ ਟੈਂਕ ਵੀ ਤੇਲ ਚਲਿਆ ਜਾਂਦਾ। ਇਹਦੇ ਪਿੱਛੇ ਵੀ 10 ਫੁੱਟ ਆ, ਉਹਦੇ ਪਿੱਛੇ 9 ਆ, ਇਹਦੇ 79 ਦੇ ਪਿੱਛੇ ਵੀ 10 ਫੁੱਟ ਦਾ ਸੁਪਰ ਸੀਡਰ ਆ। ਹੁਣ ਇਹ ਆਪਣਾ ਬੀਜ ਪਾਉਣਗੇ ਉੱਧਰ, ਬਾਕੀ ਕਦਰ 9-78 ਚੱਲ ਰਿਹਾ, ਉਹ ਹੈਰੋਂ ਤੋਂ ਚੱਲ ਰਿਹਾ, ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਲਿਜਾ ਕੇ। ਜਿਹੜੇ ਇਹ ਟਰੈਕਟਰ ਨੇ ਤੁਹਾਨੂੰ ਪਤਾ ਵੀ ਇਹਨਾਂ ਪਿੱਛੇ ਵੱਡੇ ਤੁਹਾਨੂੰ ਪਤਾ ਹਾਈ ਐਚ ਪੀ ਕੈਟਾਗਰੀ ਦੇ ਟਰੈਕਟਰ ਨੇ। ਵੱਡੇ ਹਾਈ ਐਚ ਪੀ ਕੈਟਾਗਰੀ ਦੇ ਟਰੈਕਟਰ ਨੇ, ਇਹਨਾਂ ਪਿੱਛੇ ਵੱਡੇ ਸੁਪਰ ਸੀਡਰ ਨੇ, ਜਿਹਦੇ ਕਰਕੇ ਆਪਾਂ ਗੱਲ ਕਰਦੇ ਹੋ ਵੀ 50 ਲੀਟਰ ਦੀ ਟੈਂਕੀ ਦੇ ਵਿੱਚ ਇਹਨਾਂ ਵੀ 7 ਕਿੱਲੇ ਬਜਾ ਦਿੰਦਾ ਏ। ਉਹੀ ਲਗਭਗ ਜੇ ਆਪਾਂ ਗੱਲ ਕਰੀਏ 749 7 ਲੀਟਰ ਤੇਲ ਆਪਣਾ ਟਰੈਕਟਰ ਇਹ 3 ਲੈ ਰਹੇ ਨੇ, ਨਹੀਂ ਟਰੈਕਟਰ ਹੁੰਦਾ ਵੀ 10-11 ਲੀਟਰ ਆਮ ਖਾਂਦਾ ਹੈ।
ਪਰ ਵੱਡੇ ਸੁਪਰ ਹਿਟਰ ਨੇ ਇੱਕ ਤਾਂ ਦੂਜਾ ਥੱਲੇ ਹੈਰੋ ਫੇਰੀ ਹੋਈ ਹੈ ਜੇ ਕਰਕੇ ਲੋਡ ਘੱਟ ਪੈਂਦਾ ਸੁਪਰ ਇਹਦੇ ਟਰੈਕਟਰ ਦੇ ਸੁਪਰ ਹਿਟ ਦਾ ਬਾਕੀ ਵੱਡੇ ਸੁਪਰ ਹਿਟਰ ਦੇ ਘੇਰਾ ਜਦ ਲਿਆਉਂਦੇ ਨੇ ਇਸਦੀ ਤੇਲ ਵੀ ਦਾ ਖਰਚਾ ਵੀ ਘੱਟ ਆ ਬਾਕੀ ਇਹ ਦੋ ਤਿੰਨ ਤਿੰਨ ਲਾਣੇ ਨਹੀਂ ਸਾਡੇ ਉਰੇ ਇਹਨਾਂ ਕੋਲ ਸਾਰਿਆਂ ਕੋਲ ਲਗਭਗ 35 ਟਰੈਕਟਰ ਹੋਣਗੇ ਆਪਾਂ ਤੁਹਾਨੂੰ ਸਾਰਿਆਂ ਦੇ ਹੌਲੀ ਹੌਲੀ ਵੀਡੀਓ ਵਿੱਚ ਦਿਖਾਵਾਂਗੇ ਬਾਕੀ ਫਿਲਹਾਲ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਲ ਦੇ ਕੁੰਡ ਦਬਾ ਕੇ ਆਲੇ ਬਟਨ 'ਤੇ ਪ੍ਰੈਸ ਕਰ ਲਿਓ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਦੇ ਵਿੱਚ ਦੱਸਿਓ ਜੇਕਰ ਤੁਹਾਨੂੰ ਵੀਡੀਓ ਆਪਣੇ ਫੇਸਬੁੱਕ ਪੇਜ 'ਤੇ ਦੇਖਦੇ ਹੋ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜੇ ਯੂਟਿਊਬ 'ਤੇ ਦੇਖ ਰਹੇ ਹੋ ਯੂਟਿਊਬ ਪੇਜ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ।